ਸ਼ਸ਼ੀਗਲ ਦੋਸਤੋ ਤੁਸੀਂ ਦੇਖ ਰਹੇ ਹੋ ਪਾਪੀ ਦੁਨੀਆ ਚੈਨਲ ਤੇ ਦੋਸਤੋ ਹਾਜ਼ਰ ਹੋ ਚੁੱਕੇ ਆ ਪੰਜਾਬੀ ਇੰਡਸਟਰੀ ਨਾਲ ਰਿਲੇਟਡ ਇੱਕ ਹੋਰ ਵੱਡੀ ਅਪਡੇਟ ਲੈ ਕੇ। ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਪਿਛਲੇ ਦਿਨੀ ਸਨੀ ਮੌਲਟਨ ਨੇ ਸਿੱਧੂ ਮੂਸੇਵਾਲੇ ਨਾਲ ਆਪਣੀ ਇੱਕ ਪੋਸਟ ਸ਼ੇਅਰ ਕੀਤੀ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਜਲਦ ਹੀ ਇੰਡਸਟਰੀ ਵਿੱਚ ਕੁਝ ਵੱਡਾ ਕਰਨ ਜਾ ਰਹੇ ਹਨ। ਅਤੇ ਦੋਸਤੋ ਇਸ ਤੋਂ ਬਾਅਦ ਲੋਕਾਂ ਵੱਲੋਂ ਇਹ ਅੰਦਾਜ਼ਾ ਲਗਾਇਆ ਜਾਣ ਲੱਗਿਆ ਕਿ ਸਿੱਧੂ ਮੂਸੇਵਾਲਾ ਅਤੇ ਸਨੀ ਮੌਲਟਨ ਹੁਣ ਇੱਕ ਨਵਾਂ ਟਰੈਕ ਰਿਲੀਜ਼ ਕਰਨ ਜਾ ਰਹੇ ਹਨ। ਅਤੇ ਦੋਸਤੋ ਇਸ ਤੋਂ ਬਾਅਦ ਖਾਣ ਭੈਣੀ ਵੱਲੋਂ ਸਿੱਧੂ ਮੂਸੇਵਾਲਾ ਅਤੇ ਸਨੀ ਮੌਲਟਨ ਦੀ ਨਵੀਂ ਪਾਈ ਪੋਸਟ 'ਤੇ ਆਪਣੀ ਸਟੋਰੀ ਵਿੱਚ ਕੁਝ ਅਜਿਹਾ ਲਿਖਿਆ ਗਿਆ ਕਿ ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਇੱਕ ਵਾਰ ਮੁੜ ਤੋਂ ਵਿਵਾਦ ਛਿੜ ਗਿਆ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਖਾਣ ਭੈਣੀ ਨੇ ਆਪਣੀ ਸਟੋਰੀ ਵਿੱਚ ਲਿਖਿਆ ਕਿ ਐਸੀ ਫੇਮ ਦਾ ਕੀ ਪੈ ਜੇ ਥੁੱਕ ਕੇ ਜੇ ਚੱਟਣਾ। ਤਾਂ ਦੋਸਤੋ ਲੋਕਾਂ ਵੱਲੋਂ ਇਹ ਅੰਦਾਜ਼ਾ ਲਗਾਇਆ ਜਾਣ ਲੱਗਿਆ ਕਿ ਖਾਣ ਭੈਣੀ ਨੇ ਇਹ ਸਟੋਰੀ ਸਿੱਧੂ ਮੂਸੇਵਾਲਾ ਅਤੇ ਸਨੀ ਮੌਲਟਨ ਨੂੰ ਟਾਰਗੇਟ ਕਰਕੇ ਪਾਈ ਹੈ ਕਿਉਂਕਿ ਬੀਤੇ ਸਮੇਂ ਵਿੱਚ ਸਿੱਧੂ ਮੂਸੇਵਾਲਾ ਅਤੇ ਸਨੀ ਮੌਲਟਨ ਵਿਚਾਲੇ ਅਣਬਣ ਹੋ ਗਈ ਸੀ ਅਤੇ ਹੁਣ ਸਨੀ ਮੌਲਟਨ ਅਤੇ ਸਿੱਧੂ ਮੂਸੇਵਾਲਾ ਹੁਣ ਮੁੜ ਤੋਂ ਇਕੱਠੇ ਹੋ ਚੁੱਕੇ ਹਨ। ਇਸ ਕਰਕੇ ਖਾਣ ਭੈਣੀ ਵੱਲੋਂ ਇਹ ਪੋਸਟ ਪਾਈ ਗਈ ਹੈ, ਲੋਕਾਂ ਦਾ ਇਹ ਮੰਨਣਾ ਸੀ। ਅਤੇ ਦੋਸਤੋ ਹੁਣ ਸਨੀ ਮੌਲਟਨ ਨੇ ਵੀ ਆਪਣੀ ਚੁੱਪ ਤੋੜਦਿਆਂ ਹੋਇਆ ਇਸ ਵਿਵਾਦ ਉੱਤੇ ਖਾਣ ਭੈਣੀ ਨੂੰ ਰਿਪਲਾਈ ਕਰ ਦਿੱਤਾ ਹੈ। ਅਤੇ ਦੋਸਤੋ ਸਨੀ ਮੌਲਟਨ ਨੇ ਆਪਣੀ ਸਟੋਰੀ ਵਿੱਚ ਲਿਖਿਆ ਹੈ, ਨਾ ਤਿੰਨਾਂ 'ਚੋਂ, ਨਾ ਤੇਰਾਂ 'ਚੋਂ, ਨਾ ਪਲੇਅਰਾਂ 'ਚੋਂ, ਨਾ ਸਪੇਅਰਾਂ 'ਚੋਂ। ਅਤੇ ਇਸ ਦੇ ਨਾਲ ਹੀ ਸਨੀ ਮੌਲਟਨ ਨੇ ਹੱਸਣ ਵਾਲੀਆਂ ਮੋਜਿਸ ਵੀ ਲਾਈਆਂ ਹਨ। ਤਾਂ ਦੋਸਤੋ ਇਸ ਤਰ੍ਹਾਂ ਸਨੀ ਮੌਲਟਨ ਵੱਲੋਂ ਕੁਝ ਫਨੀ ਤਰੀਕੇ ਨਾਲ ਖਾਣ ਭੈਣੀ ਨੂੰ ਰਿਪਲਾਈ ਕੀਤਾ ਗਿਆ। ਅਤੇ ਦੋਸਤੋ ਤੁਸੀਂ ਇਸ ਅਪਡੇਟ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਦੀ ਲੱਗੀ ਬੈੱਲ ਵਾਲੀ ਆਈਕਨ ਨੂੰ ਦਬਣਾ ਨਾ ਭੁੱਲਿਓ ਤਾਂ ਜੋ ਸਾਡੀ ਆਉਣ ਵਾਲੀ ਕੋਈ ਵੀਡੀਓ ਤੁਸੀਂ ਮਿਸ ਨਾ ਕਰੋ। ਇਸ ਦੇ ਨਾਲ ਹੀ ਜਿਜੇ ਵੀਰ ਨੇ ਤੱਕ ਸਾਨੂੰ ਸਾਡੇ ਇੰਸਟਾਗ੍ਰਾਮ ਅਤੇ ਫੇਸਬੁੱਕ ਪੇਜ 'ਤੇ ਫੋਲੋ ਨਹੀਂ ਕੀਤਾ ਹੈ, ਉਹ ਸਾਨੂੰ ਇੱਥੇ ਫੋਲੋ ਕਰ ਲਿਓ ਕਿਉਂਕਿ ਬਹੁਤ ਸਾਰੀਆਂ ਵਧੀਆ ਅਪਡੇਟਸ ਸਾਨੂੰ ਉੱਥੇ ਮਿਲਦੀਆਂ ਰਹਿੰਦੀਆਂ ਹਨ। ਤਾਂ ਦੋਸਤੋ ਹੁਣ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਅਤੇ ਹੋਰ ਵੱਡੀਆਂ ਅਪਡੇਟਸ ਨਾਲ ਜੁੜੇ ਰਹਿਣ ਲਈ ਦੇਖਦੇ ਰਹੋ ਪਾਪੀ ਦੁਨੀਆ ਚੈਨਲ।